परमीत करा रहा सौदा, देखना कि मैं बनता सौदा जी, सौदा बकरे का करा रहेगा। कितने लाते? पहले तो लाया 3000। हाँ होना 3100। 3100 हम कितने करेगा? होमी का तुझे मैं वो करूँगा। कितने करना भी दस? देख ला भरा, हम मैंने भरम जी तो पति मैं तो देखूंगा ही। और पाला 150 फिर 100 ना ही बकरा पैंदा हुंदा। अच्छा कितने में पऊगा? हां इथे 3250 है, 150 पादा मेरे 100 150 पादे ਦਾ ਦੇ ਯਾਰ, ਇਹਨਾਂ ਨੇ ਵੋਟ ਆਉਂਦਾ ਨਹੀਂ ਬਾ। 200 ਪਾ ਦੇ, 3300 ਕਰ ਦੇ ਯਾਰ, 3500 ਦਾ ਦੇ ਯਾਰ। ਚੋਰ ਤੋਂ ਬਾਅਦ ਫੜ ਲਾ, 3500 ਫੜ ਲਾ, 100 ਦਾ ਪਿਆ ਓਏ ਪਾਲ ਲੈ ਯਾਰ। ਆਪਣਾ ਨਾਮ ਨਹੀਂ ਲੈ ਰਿਹਾ, दे दो सौदा कर दे यार। ₹3500 रुपया लाता जी बकरे के उपर, बेचारी बकरा मंडी पहुंचा जा एंड तक जरूर बने रहे। परमजीत करवा सौदा, ₹3500 रुपया लाता। पक्के पैसे तू ला मंगन नु की मैं पक्के साबण भी नहीं फरदा है, 50 रुपए की साबण बबला सौदा साबण भी कर दो। चेक पी साबण किधर वा गया? आ जा ना दे दे बकरा यार। दूजे बकरे ते आ गए, 10000 रुपया मंगदा गा। 10000 मंगदा ओ पैण सड्डी ना, ओ परमजीत सौदा होना कर दे। हां ਪਹਿਲਾਂ ਪੈਸੇ ਭਰ ਕੇ ਲਿਆ। ਲੋ ਜੀ 10000 ਰੁਪਏ ਮੰਗਦਾ ਸੌਦਾ ਬੱਕਰੇ ਦਾ, ਦੇਖਦੇ ਹਾਂ ਕਿਵੇਂ ਬਣਦਾ ਸੌਦਾ। ਇਹਦਾ ਗੱਲ ਲੈ ਲੈਣੇ ਕੀ ਯਾਰ, बकरा हुण तेनू कदे मगर एक मास्टर पानी दे 20 रुपए नहीं पौंदा इकट्ठे ना। परमजीत पाऊंगा वे पाऊंगा, 20 नहीं पौंदा। 5000 रुपए मैं तोड़ी 18000 रुपए देखो भी तुसी घंटे 11500 लाता भी घंटे 11500 रुपए ला दे नहीं रखने खातर ले लो, चाहे बकरा माड़ा नहीं चंगा करके है ना।
ਸੋਨਾ ਕਰਕੇ ਲੋ ਪਾਟਿਆਂ ਨੂੰ ਉਠਾਇਆ ਪਰੇ ਵਾਪਸ ਕਰਦੇ ਆ ਤੁਹਾਨੂੰ ਅਸੀਂ ਤੁਰਤ ਪਰ ਖੀਰਾ ਬੱਚਾ ਚੱਕੂ ਆ ਜਿਹੜੀ ਚੀਜ਼ ਤੁਹਾਡੇ ਸਾਹਮਣੇ ਦਾ ਸਾਹਮਣੇ ਹਨਾ ਤੋੜ ਗਿਆ ਤੋੜ ਕਿਵੇਂ ਕਰਾਂ ਤੇਰਾ ਕਰਨਾ ਸੀ ਤਾਂ ਹੁਣ ਕਾਨੂੰ ਜਾਣੀ ਹੈ ਸਾਡੇ ਤਾਂ ਕਹਿੰਦੇ ਬਣੇ ਨਾ ਬਣੇ ਲਾ ਦੇ ਇੱਕ ਸੱਟ ਜੀ ਇੱਕ ਸੱਟ ਲਾ ਕੇ ਇੱਕ ਸੱਟ ਲਾ ਦੇ ਦੂਜੀ ਸੱਟ ਮੈਂ ਲਾਉਂਦਾ ਨੀ ਹੁੰਦਾ ਭਾਜੀ ਤੇਰਾ ਤੇਰਾ ਹੋ ਗਿਆ ਦੇਣਾ ਪੈਰ ਤੋਂ ਦੇ ਇੱਕ ਸਾਬਣ ਫ੍ਰੀ ਦੇ ਦੇਣਾ ਫ੍ਰੀ ਕਰਦੇ ਸਾਬਣ ਦੇ ਰਹੇ ਸਾਬਣ ਕਰ ਦੇ ਸਾਰਿਆਂ ਦਾ ਦੇਖ ਸਕਦੇ ਹੋ ਬਾਈ ਇੱਕ ਇਹ ਖੜੀ ਆ ਬੱਕਰੀ ਤੇ ਇੱਕ ਇਹ ਖੜਾ ਬੱਕਰਾ ਆਹ ਬੱਕਰੀ ਆ ਬਾਈ ਇਹ ਬੱਕਰੀ ਆ ਇੱਕ ਦੋ ਤਿੰਨ ਚਾਰ ਨਗਰ ਦਾ ਸੌਦਾ ਹੋ ਰਿਹਾ ਜੀ ਛੇ ਨਗਰ ਦਾ ਸੌਦਾ ਹੋ ਰਿਹਾ ਛੇ ਨਗਰ ਦਾ ਸੌਦਾ ਹੋ ਰਿਹਾ ਬੱਕਰਾ ਮੰਡੀ ਤੇ ਪਹੁੰਚਿਆ ਅੱਜ ਦੇਖਦੇ ਕਿਵੇਂ ਬਣਦਾ ਸੌਦਾ ਜ਼ਰੂਰ ਬਣੇ ਠੀਕ ਹੈ ਜੀ ਦੇਖਦੇ ਕਿੰਨੇ ਮੰਗਦੇ ਬਾਈ ਕਿੰਨੇ ਮੰਗਾ ਬਾਈ ਸਾਰੇ ਚਾਲੀ ਹਜ਼ਾਰ ਮੰਗਦੇ ਲਓ ਜੀ ਚਾਲੀ ਹਜ਼ਾਰ ਰੁਪਏ ਮੰਗਦੇ ਛੇ ਨਗਰ ਦਾ ਪਰਮਜੀਤ ਕਰਾਉਣਾ ਸੌਦਾ ਦੇਖ ਲੈ ਕਿੰਨੇ ਬਣਦਾ ਕਿੰਨੇ ਦੇਖ ਸਕਦੇ ਹਾਂ ਤੀਹ ਹਜ਼ਾਰ ਰੁਪਇਆ ਲਾਤਾ ਜੀ ਤੀਹ ਹਜ਼ਾਰ ਰੁਪਇਆ ਲਓ ਮਾਸਟਰ ਜੀ ਨੇ ਲਾਤਾ ਜੀ ਲਓ ਜੀ ਤੀਹ ਹਜ਼ਾਰ ਰੁਪਇਆ ਕਿਉਂ ਭਾਈ ਨਹੀਂ ਵੇਚਣੀ ਤੀਹ ਹਜ਼ਾਰ ਚ ਵੇਚਣਾ ਨੀ ਤੀਹ ਹਜ਼ਾਰ ਰੁਪਇਆ ਲੱਗ ਗਿਆ ਰੁਪਇਆ ਪੱਕਾ ਮੁੱਲ ਲਾਤਾ ਮਾਸਟਰ ਜੀ ਛੇ ਨਗਾ ਤੇ ਜੀ ਪੱਕਾ ਲਾਇਆ ਨੀ ਪੱਕਾ ਲਾਇਆ ਹੁੰਦਾ ਫਿਰ ਫੜਾਤੇ ਹੁੰਦੇ ਦੋ ਪੱਠਾ ਬੱਕਰੀ ਦੇ ਨਾਲ ਦੋ ਪੱਠਾ ਬੱਕਰੀ ਦੇਖ ਸਕਦੇ ਹੋ ਪੱਠਾ ਦੋ ਪੱਠਾ ਦੀ ਕੁਆਲਿਟੀ ਵਧੀਆ ਬੱਕਰੀ ਦੱਸੀ ਹੈ ਪੱਠਾ ਦੀ ਕੁਆਲਿਟੀ ਵਧੀਆ ਹਾਂ ਪਰ ਮਨਜੀਤ ਹੁਣ ਦੱਸ ਕਿਵੇਂ ਬਣੂਗਾ ਫਿਰ ਮਨ ਨੀ ਰਹੇ ਉਹਦਾ ਮਨ ਨੀ ਰਿਹਾ
ਫਿਰ ਮਨਾ ਤੂੰ ਮੈਂ ਮਨਾ ਦੇਣਾ ਚੱਕ ਮਨਾ ਫਿਰ ਹੋਵੇ ਤੂੰ ਕਿੱਥੇ ਆਏਗਾ ਸਾਹਿਬ ਅਜੇ ਤਾਂ ਤੀਹ ਲਾਤਾ ਤੂੰ ਵੀ ਥੱਲੇ ਆ ਚਾਲੀ ਦੀ ਤੂੰ ਵੀ ਘੱਟ ਕਿਥੇ ਬੱਕਰੀਆਂ ਲੈਂਦੇ ਆ ਤੇ ਇਥੋਂ ਕੱਤੀ ਲਾ ਤਾ ਤੇਰਾ ਤੇ ਬਿਲਕੁਲ ਸਿਰੇ ਲਾਤੀ ਸੂਈ ਜਮਾ ਸਹੀ ਸੌ ਗਿਆ ਰੇਟ ਸਹੀ ਲੱਗ ਗਿਆ ਬੱਤੀ ਸੌ ਦੀ ਚੜ੍ਹ ਕੇ ਗੱਲ ਬੱਤੀ ਸੌ ਦੀ ਚੜ੍ਹ ਕੇ ਗੱਲ ਨਹੀਂ ਗਈ ਆ ਲੈ ਦੇਣੀਆਂ ਕਰਨੀਆਂ ਨਾ ਤੇ ਇਹੋ ਗਿਆ ਸਾਢੇ ਇਕੱਤੀ ਦੀਆਂ ਪਾ ਹੁਣ ਤਾਂ ਸਿਰੇ ਮਾਰਦਾ ਸੂਈਆਂ ਮੀਟਰ ਨੇ ਫੇਰ ਤਾਂ ਬਾਈ ਮੈਂ ਮਾਸਟਰ ਇੱਕ ਸੱਟ ਲਾ ਦੇ ਬਸ ਇੱਕ ਲਾ ਦੇ ਪੱਕੀ ਜੀ ਕਰਕੇ ਪੱਕੀ ਜੀ ਕਰਕੇ ਮਾਰ ਫੇਰ ਨਾ ਪਿੱਛੇ ਝਾਕੀ ਲੈ ਬੱਤੀ ਕਰਤਾ ਪੂਰਾ ਠੀਕ ਆ ਲੈ ਵੀ ਲੈ ਲੈ ਬਾਈ ਵੀਰਿਆ ਦੇਖ ਲੈ ਬਾਈ ਬਾ ਮੌਕਾ ਹੀ ਹੁੰਦਾ ਇਹ ਵੀ ਬਾਈ ਨਾ ਨਾ ਹਾਂ ਆਏ ਹੁਣ ਤਾਂ ਫਿਰ ਹੁਣ ਕੱਚਾ ਕਰ ਲਓ ਜੀ 30000 ਰੁਪਿਆ ਲਾਤਾ ਜੀ 30000 ਰੁਪਿਆ 6000 ਦੇ ਪਰਾਂਦਾ ਜੀ ਦੇਖੋ ਹੁਣ 60000 ਆਪਾਂ ਜਾ ਤਾਂ ਬਾਹਰ ਜਾਵਾਂਗੇ ਉੱਥੇ ਜਾ ਕੇ ਕੁਛ ਵੀ ਲੈ ਲਾਂਗੇ ਠੀਕ ਆ ਠੀਕ ਆ ਇੱਕ ਸੱਟ ਮੈਂ ਲਾ ਦੇ ਬਾਈ ਲਾਸਟ ਹੀ ਆ ਲਾਸਟ ਹੀ ਆ ਬਗਰ ਲਾਸਟ ਤੂੰ ਵੀ ਕਰ ਲੱਗ ਸਾਲ ਲਾ ਦੇ ਗਿਲਾ ਦੇ ਤੂੰ ਦੇਖੀ ਬਗਰ ਆਪਣੇ ਪੈਸੇ ਦੇ ਲਿਆ ਦੇ ਦੇਣੇ ਚੱਲ ਲਾ ਦੇ ਤੂੰ ਲਾ ਦੇ ਤੂੰ ਕਸਰਾ ਕਰ ਜਾ ਤੂੰ ਆ ਚੱਕ ਪੱਜੀ ਨਾ ਦੱਸ ਦੇ ਕੋਈ ਨਾ ਤਾਂ ਬਸ ਹੋ ਗਿਆ ਕਿੰਨੇ ਹੋ ਗਿਆ ਕਿੰਨੇ ਦੀਆਂ ਹੋ ਗਈਆਂ 100 ਰੁਪਿਆ ਚੰਗੀ ਲੱਗੀ।